ਪਾਣੇ ਕਹਿੰਦੇ ਆ ਤੇ ਮੈਂ ਕਹਿੰਦਾ ਲੱਗਦਾ ਪਾਣਾ ਵੀ ਲਾਣਾ ਪੈਣਾ ਜਿਹੜੇ ਲੋਅਰ ਵਾਲੇ ਕਿ ਕਹਿੰਦੇ ਜ਼ੁਲਮ ਜ਼ੁਲਮ ਫਿਰ ਜ਼ੁਲਮ ਹੈ ਖੂਨ ਫਿਰ ਖੂਨ ਹੈ ਬਹਿਤਾ ਹੈ ਤੋ ਜਮ ਜਾਂਦਾ ਹੈ ਜ਼ੁਲਮ ਫਿਰ ਜ਼ੁਲਮ ਹੈ ਬਟਦਾ ਹੈ ਤੋ ਮਿਟ ਜਾਂਦਾ ਹੈ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਅਸੀਂ ਕਬੀਲੇ ਦੇ ਲੋਕ ਕਹਿੰਦੇ ਆ ਇੱਥੇ ਝਾੜੀ ਵਿੱਚ ਇਹ ਮੇਰੇ ਨਾਲ ਆਏ ਮੇਰੇ ਤਫਰੇਰ ਵੀ ਬੈਠੇ ਸਾਰੇ ਮੇਰੇ ਦੋਸਤ ਸਾਰੇ ਚੰਚ ਸਿੰਘ ਆਏ ਆ ਸਾਡਾ ਤੁਹਾਡਾ ਇੱਕ ਵਾਅਦਾ ਹੈਗਾ ਅਸੀਂ ਕਿਸੇ ਗਰੀਬ ਦਾ ਜ਼ੁਲਮ ਨਹੀਂ ਹੋਣ ਦੇਵਾਂਗੇ ਕਿਸੇ ਅਸੀਂ ਮਾਸ਼ ਦਾ ਸਾਥ ਨਹੀਂ ਦੇਵਾਂਗੇ ਅਸੀਂ ਇਸ ਇਲਾਕੇ ਦੇ ਵਿੱਚ ਤਾਲੀਮ ਦਾ ਮਿਆਰ ਬਿਹਤਰ ਕਰਾਂਗੇ ਮੈਂ ਆਪਣੇ ਪਿੰਡ ਪਿਛਲੇ ਜਨਵਰੀ 'ਚ ਇੱਕ ਕੈਂਪ ਲਾਇਆ ਤੇ ਸਾਡੇ ਪਿੰਡ ਵਾਲਿਆਂ ਨੇ ਪਤਾ ਸੀ ਕਿ 60% ਲੋਕਾਂ ਨੂੰ ਸ਼ੂਗਰ ਹੋ ਗਈ ਹੈ ਇੱਥੇ ਪਾਕਿਸਤਾਨ ਬਣਿਆ ਸੀ ਲੋਕ ਇੰਡੀਆ 'ਚ ਇੱਥੇ ਹਿਜਰਤ ਕਰਕੇ ਆਏ ਸੀ ਬੈਠੇ ਸੀ ਇਸ ਲਈ ਤਾਂ ਨਹੀਂ ਆਈ ਸੀ ਕਿ ਅਮੀਰ ਅਮੀਰ ਘਰ ਹੋ ਜਾਏ ਗਰੀਬ ਗਰੀਬ ਘਰ ਹੋ ਜਾਏ ਇੱਥੇ ਲੋਕ ਇਹਨੇ ਸਿਆਸੀ ਜਿਹੜੇ ਗੁਮਾਸ਼ਵੇ ਹੈਗੇ ਆ ਇਹਨਾਂ ਨੇ ਕੀਤਾ ਹੁਣ ਲੋਕਾਂ ਨੂੰ ਕਹਿ ਰਿਹਾ ਕਿ ਮੈਂ MLA ਬਣਨਾ MPA ਬਣਨਾ ਨਹੀਂ ਹੈਗਾ ਇਮਰਾਨ ਖਾਨ ਨੇ ਤੁਹਾਨੂੰ 11 ਨਿਕਾਤੀ ਪ੍ਰੋਗਰਾਮ ਦਿੱਤਾ ਉਹ ਪ੍ਰੋਗਰਾਮ ਜਿਹੜਾ ਹੈਗਾ ਪੜ੍ਹੋ ਉਹ ਤੇ ਸੋਚੋ ਇਨਸ਼ਾਅੱਲਾ ਮੈਂ ਤੁਹਾਨੂੰ ਦੱਸਦਾ ਕਿ ਚੰਦ ਇੱਕ ਚੀਜ਼ਾਂ ਦਾ ਕੰਮ ਜਿਹੜੀਆਂ ਕਰ ਰਿਹਾ ਤੁਸੀਂ ਇਹਨੂੰ ਗੌਰ ਨਾਲ ਸੁਣ ਲਓ ਇਸ ਇਲਾਕੇ ਦੇ ਅੰਦਰ